ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਫਲੋਰ ਦੀ ਧਰਤੀ ਤੇ ਬਿੱਲੇ ਸਮੋਸੇ ਵਾਲਿਆਂ ਕੋਲ ਤੇ ਆਪਣੇ ਕੋਲ ਕੀ ਵਰਾਇਟੀ ਹੁੰਦੀ ਹੈ ਜੀ? ਆਪਾਂ ਕੋਲ ਸਰ ਜੀ ਪਨੀਰ ਸਮੋਸਾ, ਆਲੂ ਸਮੋਸਾ, ਹਾਂਜੀ ਡਰਾਈ ਫਰੂਟ ਸਮੋਸਾ। ਆਹ ਦੇਖੋ ਸੌਸ ਚਟਨੀ ਆਪ ਹੀ ਤਿਆਰ ਕਰਦੇ ਜੀ, ਇਮਲੀ ਹੁੰਦੀ ਪਿਓਰ ਦੀ, ਪਿਓਰ ਇਮਲੀ ਆ, ਕਰਾਰੀ ਹੁੰਦੀ ਆ, ਇਹ ਕਰਾਰੀ ਵਾਲੀ ਆ ਜੀ, ਮਸਾਲੇ ਮਸੂਲੇ ਪਾਏ ਆ, ਮਿੱਠੀ ਹੁੰਦੀ ਆ। ਤੇਲ ਐਨ ਨੁੱਚੜਦਾ ਹੁੰਦਾ ਵੀ ਜਿਵੇਂ ਨਵਾ ਕੇ ਆਇਆ ਉਹਦੇ ਵਿੱਚ, ਆਪਣੇ ਤਾਂ ਨਹੀਂ ਇੱਦਾਂ ਕੁਛ ਹੈਗਾ ਜੀ? ਨਹੀਂ ਸਰ ਜੀ, ਸਮੋਸੇ ਪਏ ਆ, ਤੁਸੀਂ ਸਮੋਸਾ ਵਰਗੇ ਨਿਚੋੜ ਕੇ ਦੇਖ ਲਓ, ਇੱਕ ਬੂੰਦ ਤੇਲ ਦੀ ਰਹੂਗੀ। ਤੁਸੀਂ ਸਾਈਜ਼ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਪਿਆਰਾ ਜਿਹਾ ਸਾਈਜ਼ ਦਾ, ਛੋਟਾ ਜਿਹਾ ਵੀ ਕੋਈ ਵੀ ਖਾ ਸਕਦਾ ਇਹਨੂੰ। ਕਿਆ ਬਾਤ ਹੈ ਜੀ, ਤੁਸੀਂ ਦੇਖ ਸਕਦੇ ਹੋ ਪਨੀਰ ਵਾਲਾ ਸਮੋਸਾ, ਪਨੀਰ ਦੇ ਨਾਲ ਮਟਰ ਵੀ ਆ। ਲੈਟਸ ਹੈਵ ਅ ਬਾਈਟ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਅਤੇ ਮੈਂ ਤੁਹਾਡੇ ਨਾਲ ਜੁੜ ਚੁੱਕਿਆ ਜੀ ਅੰਬਰਵੀਰ। ਅਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਫਲੋਰ ਦੀ ਧਰਤੀ ਅਤੇ ਬਿੱਲੇ ਸਮੋਸੇ ਵਾਲਿਆਂ ਕੋਲ, ਜੋ ਕਿ ਜਿਹੜਾ ਕਿ ਸਮੋਸਾ ਭਾਵੇਂ ਛੋਟੇ ਸਾਈਜ਼ ਦਾ ਪਰ ਹੈ ਬਹੁਤ ਜ਼ਬਰਦਸਤ ਹੈ, ਅਤੇ ਜਿਹੜਾ ਕਿ ਇੱਥੇ ਬਣਾਇਆ ਵੀ ਆਪ ਜਾਂਦਾ ਕਿ ਬਹੁਤ ਪ੍ਰਸਿੱਧ ਵੀ ਹੈਗਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਮਸ਼ਹੂਰ ਚੱਲਦਾ ਆ ਰਿਹਾ, ਅਤੇ ਲੋਕ ਦੂਰੋਂ ਦੂਰੋਂ ਖਾਣ ਆਉਂਦੇ ਨੇ। ਪੈਕਿੰਗ ਬਹੁਤ ਜ਼ਬਰਦਸਤ ਕੀਤੀ ਜਾਂਦੀ ਇਹਨਾਂ ਕੋਲ। ਆਓ ਆਪਾਂ ਅੰਦਰ ਚੱਲਦੇ ਨਾਲ ਦੇਖਦੇ ਹਾਂ ਵੀ ਇਹ ਮੇਕਿੰਗ ਆਪ ਕਰਦੇ ਨੇ ਜਾਂ ਬਾਹਰੋਂ ਹੋ ਕੇ ਆਉਂਦੀ, ਜੋ ਵੀ ਸਿਸਟਮ ਹੈ, ਜੋ ਪ੍ਰਿਪੇਅਰਿੰਗ ਚੱਲਦੀ ਹੈ, ਫਰਾਈ ਕੀਤਾ ਜਾਂਦਾ, ਆਪਾਂ ਅੰਦਰ ਗੱਲਬਾਤ ਕਰਦੇ ਨਾਲੇ ਪੁੱਛਦੇ ਹਾਂ। ਲਓ ਜੀ ਹੁਣ ਆਪਾਂ ਸਰ ਨਾਲ ਗੱਲ ਕਰਨ ਵਾਲੇ ਪੁੱਛਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਆਪਾਂ ਨੂੰ ਫਲੋਰ 'ਚ ਬੈਠਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ? ਇੱਥੇ 2000 'ਚ ਦੁਕਾਨ ਖੁੱਲ੍ਹੀ ਸੀ। 2000 ਦੇ ਸਾਲ 'ਚ, ਯਾਨੀ ਕਿ ਜੇ ਆਪਾਂ ਕਹਿ ਸਕੀਏ ਕਿ ਮੇਰੇ ਹੋਣ ਤੋਂ ਪਹਿਲਾਂ ਦੀ ਦੁਕਾਨ ਚੱਲਦੀ ਆ ਰਹੀ, ਜਿਹਨੂੰ ਕਿ 24 ਸਾਲ ਹੋ ਚੁੱਕੇ ਨੇ ਅੱਜ। ਹਾਂਜੀ ਹਾਂਜੀ। ਅਤੇ ਸਰ ਜਿਹੜੀ ਦੁਕਾਨ ਹੈ ਤੁਹਾਡੇ ਫਾਦਰ ਸਾਹਿਬ ਵੱਲੋਂ ਖੁੱਲ੍ਹ ਗਈ ਸੀ ਜੀ? ਫਾਦਰ ਸਾਹਿਬ ਸਾਡੇ ਪਹਿਲਾਂ ਫਾਟਕ ਦਾ ਕੰਮ ਕਰਦੇ ਸੀਗੇ। ਅੱਛਾ ਜੀ। 2000 ਦੁਕਾਨਾਂ ਢੇਗੀਆਂ ਜੀ ਘਰੇ ਆ ਗਏ। ਅੱਛਾ ਜੀ। ਇੱਥੇ ਆ ਕੇ ਫਿਰ ਕੰਮ ਸ਼ੁਰੂ ਕੀਤਾ? ਮਤਲਬ ਪਹਿਲਾਂ ਉੱਧਰਲੀ ਸਾਈਡ 'ਤੇ ਸੀਗਾ, ਉੱਥੋਂ ਹਾਂਜੀ ਫਾਟਕਾਂ 'ਤੇ। ਅਤੇ ਆਪਾਂ ਨੂੰ ਜੀ ਹੁਣ ਤੁਸੀਂ ਫਾਦਰ ਸਾਹਿਬ ਤੋਂ ਬਾਅਦ ਤੁਸੀਂ ਆਪ ਸ਼ੁਰੂ ਕਰ ਰਹੇ ਹੋ ਕੰਮ, ਹੈ ਨਾ ਜੀ, ਜਿਹੜਾ ਘਰ ਕੰਟੀਨਿਊ ਕਰ ਰਹੇ ਹੋ, ਅਤੇ ਆਪਣੇ ਕੋਲ ਕੀ ਵਰਾਇਟੀ ਹੁੰਦੀ ਹੈ ਜੀ? ਆਪਾਂ ਕੋਲ ਸਰ ਜੀ ਪਨੀਰ ਸਮੋਸਾ, ਆਲੂ ਸਮੋਸਾ, ਹਾਂਜੀ ਡਰਾਈ ਫਰੂਟ ਸਮੋਸਾ। ਡਰਾਈ ਫਰੂਟ ਸਮੋਸਾ ਸਰ ਹਰੇਕ ਸੀਜ਼ਨ 'ਚ ਅਵੇਲੇਬਲ ਹੁੰਦਾ ਜਾਂ ਕਿੱਦਾਂ ਜੀ? ਡਰਾਈ ਫਰੂਟ ਸਮੋਸਾ ਇਸ ਵੇਲੇ ਬੰਦ ਕਰ ਦਈਦਾ, ਕਿਉਂਕਿ ਹੁਮਿਸ ਕਰਕੇ ਨਾ ਚੀਜ਼ਾਂ ਖਰਾਬ ਹੋ ਨਿਕਲਦੀਆਂ। ਅੱਛਾ ਜੀ। ਉਹ ਸਿਆਲ ਨੂੰ ਚਾਲੂ ਕਰਦੇ ਹਾਂ ਜੀ, ਯਾਨੀ ਕਿ ਸਿਆਲਾਂ ਦੇ ਵਿੱਚ ਜਿਹੜਾ ਕਿ ਡਰਾਈ ਫਰੂਟ ਸਮੋਸਾ ਕਿ ਜਿਹੜਾ ਲੋਕਾਂ ਨੂੰ ਵਧੀਆ ਖਵਾਇਆ ਜਾਂਦਾ, ਹੈ ਨਾ ਕਿ ਗਰਮੀ ਸਰੀਰ 'ਚ ਪਵੇ। ਹਾਂਜੀ ਹਾਂਜੀ। ਅਤੇ ਆਪਣੇ ਕੋਲ ਜਿਹੜੇ ਸਮੋਸੇ ਜੀ ਸਾਰੇ ਖੁਦ ਤਿਆਰ ਆਪ ਕੀਤੇ ਜਾਂਦੇ ਜੀ, ਹੱਥੀਂ ਤਿਆਰ ਕੀਤੇ ਜਾਂਦੇ ਜੀ? ਸਭ ਕੁਝ ਆਪ ਹੀ ਤਿਆਰ ਕਰਦੇ ਸਰ ਜੀ। ਅਤੇ ਸਰ ਜਿਹੜਾ ਕਿ ਪਨੀਰ ਹੈ, ਇਹ ਪਨੀਰ ਕਿਹੜਾ ਵਰਤਿਆ ਜਾਂਦਾ, ਸੋਇਆ ਪਨੀਰ? ਨਹੀਂ ਵੇਖ ਕੇ ਵਰਤੋ ਸਰ, ਮੇਰਾ ਡੈਰੀ ਦਾ ਪਨੀਰ। ਵੇਰਕਾ ਵੇਰਕਾ ਦੇਖੋ, ਜੋ ਵੀ ਕੰਮ ਕਰਦੇ ਹਾਂ ਕੰਪਨੀ ਨੇ ਕਰਦੇ ਹਾਂ, ਵੇਰਕੇ ਦਾ ਪਨੀਰ ਵਰਤੋ, ਕੋਈ ਕੰਮ ਵਰਤੋ, ਪ੍ਰੂਫ ਵੀ ਨਾਲ ਰੱਖਿਆ ਹੋਇਆ ਕੋਈ ਝੂਠ ਨਹੀਂ, ਅੱਜ ਆਇਆ ਅੱਜ ਲੱਗਦਾ। ਠੀਕ ਹੈ ਜੀ। ਅਤੇ ਇਹ ਤੋਂ ਬਾਅਦ ਜਿਹੜੇ ਆਲੂ ਵਾਲੇ ਸਮੋਸੇ ਹੈ ਜੀ, ਉਹ ਕਿੱਦਾਂ ਵੀ ਆ ਸਾਰੇ ਆਪ ਹੀ ਬਣਾਏ ਜਾਂਦੇ? ਉਹ ਵੀ ਆਪੇ ਬਣਾਉਂਦੇ ਹਾਂ, ਸ਼ੂਗਰ ਫਰੀ ਆਲੂ ਹੁੰਦੇ, ਵਧੀਆ ਸਾਫ਼ ਸੁਥਰੇ, ਸ਼ੂਗਰ ਫਰੀ ਆਲੂ, ਹਾਂ ਤਾਜ਼ੇ ਹੁੰਦੇ, ਤਾਜ਼ੇ ਵੇਚ ਦਿੰਦੇ ਹਾਂ। ਕਿਆ ਬਾਤ ਹੈ ਜੀ। ਅਤੇ ਆਪਾਂ ਨੂੰ ਪ੍ਰਾਈਸ ਦੱਸ ਸਕਦੇ ਹੋ ਜੀ, ਕੀ ਪ੍ਰਾਈਸ ਕੀ ਹੈ ਸਮੋਸਿਆਂ ਦਾ ਜੀ? ਪ੍ਰਾਈਸ ਵਾਸਤੇ ਸਰ ਜੀ ਸਭ ਕੁਝ ਲਿਖ ਕੇ ਲਾਇਆ, ਤਾਂ ਉਹਨੂੰ ਕਹਿੰਦੇ ਲੋੜ ਨਹੀਂ ਪੈਂਦੀ, ਰੱਖੋ 25 ਰੁਪਏ 3 ਪੀਸ, 25 ਰੁਪਏ 2 ਪੀਸ। ਜਿਹੜਾ ਪਨੀਰ ਵਾਲਾ 25 ਰੁਪਏ ਦੇ 2 ਪੀਸ ਨੇ, ਹਾਂਜੀ ਸਰ, ਆਲੂ ਵਾਲਾ 25 ਰੁਪਏ ਦੇ 3 ਪੀਸ ਹੈ, ਹਾਂਜੀ ਸਰ। ਅਤੇ ਸਰ ਇਹ ਸਰਵ ਕਿਹਦੇ ਨਾਲ ਕੀਤਾ ਜਾਂਦਾ, ਯਾਨੀ ਕਿ ਜਦੋਂ ਆਪਾਂ ਜਦੋਂ ਸਮੋਸੇ ਦਿੰਦੇ ਹਾਂ ਗਾਹਕ ਨੂੰ, ਕਿਹਦੇ ਨਾਲ ਦਿੰਦੇ ਹਾਂ ਜੀ, ਪੇਸ਼ ਕਿਹਦੇ ਨਾਲ ਕੀਤੇ ਹੁੰਦੇ? ਸੌਸ ਨਾਲ ਦਿੰਦੇ ਜੀ। ਅਤੇ ਸਰ ਚਟਨੀਆਂ ਸਾਨੂੰ ਦਿਖਾਓ ਇੱਕ ਵਾਰੀ ਕਿ ਚਟਨੀਆਂ ਕਿਹੜੀਆਂ ਕਿਹੜੀਆਂ ਹੈਗੀਆਂ ਆਪਣੇ ਕੋਲ। ਅਤੇ ਆਹ ਦੇਖੋ ਸੌਸ ਚਟਨੀ ਆਪ ਹੀ ਤਿਆਰ ਕਰਦੇ ਜੀ, ਇਮਲੀ ਹੁੰਦੀ ਪਿਓਰ ਦੀ, ਪਿਓਰ ਇਮਲੀ ਆ, ਕਰਾਰੀ ਹੁੰਦੀ ਆ, ਇਹ ਕਰਾਰੀ ਵਾਲੀ ਆ ਜੀ, ਮਸਾਲੇ ਮਸੂਲੇ ਪਾਏ ਆ, ਮਿੱਠੀ ਹੁੰਦੀ ਆ, ਇਹ ਮਿੱਠੀ ਹੈ ਜੀ। ਹਾਂਜੀ, ਇਹ ਸਾਰੀਆਂ ਆਪ ਬਣਾਉਂਦੇ ਹੋ ਜੀ? ਸਭ ਆਪ ਹੀ ਬਣਾਉਂਦੇ ਸੀ। ਇਹਦੇ ਵਿੱਚ ਕੀ ਪਾਇਆ ਹੋਇਆ ਜੀ ਸਾਨੂੰ ਇਹ ਦੱਸੋ? ਬੱਚੇ ਜੀ ਬਸ ਇਮਲੀ ਹੁੰਦੀ ਆ, ਜਾਂ ਫਲੇਵਰ ਹੁੰਦੇ ਆ, ਜਾਂ ਲੂਣ ਮਿਰਚ ਮਸਾਲੇ ਹੁੰਦੇ? ਨਹੀਂ ਨਹੀਂ, ਜਿਹੜੀ ਆ ਵਿੱਚ ਕੁਛ ਮੂਲੀ ਪਾਈ ਹੋਈ ਆ, ਮੂਲੀਆਂ ਵਾਲੀ ਚਟਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਪਿਓਰ ਦੇਸੀ ਚਟਨੀ, ਹੈ ਨਾ ਜੀ? ਪਿਓਰ ਪਿਓਰ, ਹਾਂਜੀ। ਅਤੇ ਸਰ ਜਿਹੜਾ ਕਿ ਇਹਦਾ ਮੈਦਾ ਤਿਆਰ ਕੀਤਾ ਜਾਂਦਾ, ਹੈ ਨਾ ਜੀ? ਹਾਂਜੀ ਜੀ। ਇਹ ਵੀ ਸਾਰਾ ਸਰ ਆਪ ਤਿਆਰ ਕਰਦੇ? ਆਪ ਹੀ ਤਿਆਰ ਕਰਦੇ, ਪਹਿਲਾਂ ਮੈਦਾ ਲਿਆਂਦਾ ਜਾਂਦਾ, ਫਿਰ ਛਾਣਿਆ ਜਾਂਦਾ, ਹਾਂਜੀ, ਫਿਰ ਉਹਨੂੰ ਮਸ਼ੀਨ ਨਾਲ ਗੁੰਨ ਕੇ, ਹਾਂਜੀ, ਫਿਰ ਉਹ ਸਾਫ਼ ਸੁਥਰੇ ਨਾਲ ਬੇਲ ਕੇ, ਫਿਰ ਦੁਕਾਨ 'ਤੇ ਆਉਂਦਾ, ਦੇਖੋ
ਆਹ ਤਿਆਰ ਹੋ ਕੇ ਦੁਕਾਨ 'ਤੇ ਆ ਜਾਂਦਾ ਅੱਜ ਕੋਲ, ਆਹ ਸਾਫ਼ ਸੁਥਰਾ ਪੈਕ ਕਰ ਦਿੰਦੇ ਹਾਂ, ਸਾਫ਼ ਲਿਫਾਫੇ ਪੈਕ ਕਰ ਦਿੰਦੇ, ਰੰਗ ਵਾਲੇ ਨਹੀਂ ਕਰਦੇ, ਕਹਿੰਦੇ ਫਰਾਈ ਕਰ ਦਿੰਦੇ। ਅਤੇ ਸਰ ਜੇ ਕਿਸੇ ਨੇ ਤੁਹਾਡੇ ਕੋਲ ਆਉਣਾ ਹੋਵੇ ਤਾਂ ਐਗਜੈਕਟ ਲੋਕੇਸ਼ਨ ਕੀ ਹੈ ਜੀ ਉਹ ਦੱਸੋ ਇੱਕ ਵਾਰ। ਲੋਕੇਸ਼ਨ ਨੰਬਰ ਦੇ ਉੱਪਰ ਲਿਖੀ ਹੈ ਜੀ 195 'ਤੇ। ਅੱਛਾ ਜੀ, ਲੋਕੇਸ਼ਨ ਲੱਗੀ ਉਹਨਾਂ ਲੋਕੇਸ਼ਨ ਆ ਜਾਂਦੇ ਜੀ। ਨਹੀਂ ਜਦੋਂ ਆਪਾਂ ਗੂਗਲ 'ਤੇ ਭਰਦੇ ਹਾਂ ਤਾਂ ਲੋਕੇਸ਼ਨ ਆ ਜਾਂਦੀ, ਜੇ ਆਪਾਂ ਉੱਦਾਂ ਕਿਸੇ ਨੂੰ ਸਮਝਾਉਣਾ ਹੋਵੇ ਕਿੱਦਾਂ ਕਹੀਏ ਵੀ ਉਹ ਦੱਸੋ। ਜੀ ਟੀ ਰੋਡ ਤੋਂ ਬਿਲਕੁਲ ਅੱਧਾ ਕਿਲੋਮੀਟਰ ਅੰਦਰ ਆ ਜੀ, ਅੱਧਾ ਕਿਲੋਮੀਟਰ ਸਿਰਫ। ਜਿਹੜਾ ਮੇਨ ਜੀ ਟੀ ਰੋਡ ਜਲੰਧਰ ਵਾਲਾ ਹੈ ਨਾ, ਹਾਈਵੇ ਨੈਸ਼ਨਲ ਹਾਈਵੇ, ਹਾਂਜੀ, ਅੱਧਾ ਕਿਲੋਮੀਟਰ ਅੰਦਰ ਆ, ਉਹਦੇ ਅੰਦਰ ਆ ਜੀ, ਫਲੋਰ ਦੇ ਵਿੱਚ ਬੈਠਾ ਜੀ, ਇੱਧਰ ਬਾਹਰ ਨੂੰ ਅੰਦਰ ਨੂੰ। ਠੀਕ ਹੈ ਜੀ, ਅਤੇ ਹੁਣ ਸਾਨੂੰ ਤੁਸੀਂ ਕੀ ਬਣਾ ਕੇ ਖਵਾ ਰਹੇ ਹੋ ਜਾਂ ਕੀ ਕਹਿ ਸਕਦੇ ਵੀ ਕਿਹੜਾ ਸਮੋਸਾ ਤੁਹਾਨੂੰ ਟੇਸਟ ਕਰਾਉਂਗੇ ਕਿ ਅਸੀਂ ਆਪਣੀ ਆਡੀਅੰਸ ਨੂੰ ਦੱਸ ਸਕੀਏ ਵੀ ਕਿ। ਹਾਂਜੀ ਹਾਂਜੀ, ਦੋਨੇ ਦਿਖਾ ਦਿੰਦੇ ਹਾਂ, ਆਲੂ ਵਾਲਾ ਖਵਾ ਦਿੰਦੇ, ਪਨੀਰ ਦਾ ਖਵਾ ਦਿੰਦੇ। ਹਾਂਜੀ, ਜੇ ਕਿਤੇ ਨਾਲ ਉਹ ਵੀ ਹੋ ਜਾਂਦਾ ਡਰਾਈ ਫਰੂਟ ਵਾਲਾ ਤਾਂ, ਬਟ ਚਲੋ ਹੁਣ ਸਿਆਲਾਂ 'ਚ ਫਿਰ ਗੇੜਾ ਮਾਰਾਂਗੇ, ਫਿਰ ਆਵਾਂਗੇ ਫਿਰ ਤੁਹਾਡੇ ਕੋਲ ਜ਼ਰੂਰ। ਫਿਰ ਰੋਸਟ ਬਹੁਤ ਸੋਹਣੇ ਕੀਤੇ, ਤੇਲ ਕਿਹੜਾ ਵਰਤਦੇ ਹੋ ਜੀ? ਤੇਲ ਸਾਡੀ ਮਾਂ ਕੁਛ ਵਰਤਦੇ ਹਾਂ। ਅੱਛਾ ਜੀ, ਇਹਦਾ ਵੀ ਅਸੀਂ ਸਬੂਤ ਨਾਲ ਹੀ ਰੱਖਿਆ, ਬਿਲਕੁਲ ਤਾਜ਼ਾ ਮਾਲ ਵਰਤਦੇ ਹਾਂ, ਕੋਈ ਲੋ ਲਕੋ ਵਾਲੇ ਕੋਈ ਕੰਪਨੀ, ਕੋਈ ਲਕੋ ਵਾਲਾ ਨਹੀਂ, ਜੋ ਹੈ ਸਾਫ਼ ਹੈ, ਪਿਓਰ ਸਮਾਨ ਹੈ, ਜੋ ਤਾਜ਼ਾ ਮਾਲ ਵੇਚਦੇ ਹਾਂ ਬਣਾ ਕੇ। ਰਾੜੇ ਬਹੁਤ ਸੋਹਣੇ ਨੇ ਸਰ, ਕਹਿ ਲਾਲ ਸਮੋਸੇ ਕੀਤੇ ਹੋਏ ਨੇ ਕਿ ਇਹ ਨਹੀਂ ਵੀ ਕੱਚਾ ਮੈਦਾ ਕੱਢ ਦਿੱਤਾ ਜਾਵੇ ਬਾਹਰ। ਹਾਂਜੀ, ਇਹ ਜਾਣੇ ਕੋਰਟ 'ਚ ਜਾਣੇ ਸਾਹਿਬ ਦੀ ਪਾਰਟੀ ਆ। ਅੱਛਾ ਜੀ, ਸਾਹਿਬ ਕੋਰਟ 'ਚ, ਕਿਆ ਬਾਤ ਹੈ ਜੀ। ਯਾਨੀ ਕਿ ਸਰ ਇੱਥੇ ਪੈਕਿੰਗ ਦਾ ਜ਼ਿਆਦਾ ਕੰਮ ਹੈ ਨਾ ਆਪਣੇ ਕੋਲ, ਜਿਹੜਾ ਲਾਈਵ ਦਾ ਜਿਹੜਾ ਚੱਲਦਾ ਉਹ ਚੱਲਦਾ ਹੀ ਰਹਿੰਦਾ, ਡਾਈਨਿੰਗ ਵਾਲਾ ਆਪਣੇ ਕੋਲ ਜ਼ਿਆਦਾ ਪੈਕਿੰਗ ਵਾਲਾ ਕੰਮ ਹੈ ਨਾ ਜੀ, ਪੈਕਿੰਗ ਕੰਮ। ਤੁਸੀਂ ਦੇਖ ਸਕਦੇ ਪੈਕਿੰਗ ਕਿੰਨੇ ਜ਼ਬਰਦਸਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਸਰ, ਜਿਵੇਂ ਕਿ ਆਪਾਂ ਨੂੰ ਮਾਰਕੀਟ 'ਚ ਬੈਠਿਆ ਇੰਨਾ ਟਾਈਮ ਹੋ ਗਿਆ ਹੈ ਨਾ ਜੀ, ਹਾਂਜੀ, ਅਤੇ ਆਪਾਂ ਨੂੰ ਜਿੱਦਾਂ ਸ਼ਹਿਰ ਦੇ ਆਪਾਂ ਕਹਿ ਸਕਦੇ ਅੰਦਰ ਹੀ ਬੈਠੇ ਹਾਂ, ਥੋੜ੍ਹੇ ਜਿਹੇ ਲੁੱਕ ਕੇ ਬੈਠੇ ਹੋਏ ਹਾਂ, ਲੁੱਕ ਕੇ ਬੈਠੇ ਹਾਂ, ਅਤੇ ਉਹਦੇ ਹਿਸਾਬ ਨਾਲ ਜੀ ਆਪਾਂ ਨੂੰ ਦੁਕਾਨ ਵਧੀਆ ਚੱਲ ਰਹੀ ਹੈ ਜੀ, ਬਹੁਤ ਵਧੀਆ ਜੀ, ਮਿਹਰ ਆ ਜੀ ਵਾਹਿਗੁਰੂ ਦੀਆਂ। ਤਾਂ ਅਸੀਂ ਪਨੀਰ ਜਿਹੜੇ ਸਮੋਸੇ ਨੇ, ਪਨੀਰ ਵਾਲੇ, ਆਲੂ ਵਾਲੇ ਅਸੀਂ ਆਪ ਵੀ ਟੇਸਟ ਕਰ ਰਹੇ ਨੇ, ਪਰ ਨਾ ਇੱਕ ਮਨ 'ਚ ਸਵਾਲ ਜਿਹਾ ਪੈਦਾ ਹੋ ਰਿਹਾ ਸੀਗਾ ਵੀ ਕਿ ਜਿੱਦਾਂ ਕਿ ਦੱਸਿਆ ਮੈਂ ਕਿ ਮਟਰ ਇਸ ਟਾਈਮ 'ਚ ਇੰਨੇ ਮਹਿੰਗੇ ਨੇ, ਸਰ ਤੋਂ ਪੁੱਛਾਂਗੇ ਸਰ ਜਿੱਦਾਂ ਮਟਰ ਇੰਨੇ ਮਹਿੰਗੇ ਨੇ, ਤੁਸੀਂ ਤਾਂ ਵੀ ਪਨੀਰ ਵਾਲੇ ਸਮੋਸੇ 'ਚ ਮਟਰ ਪਾ ਰਹੇ ਹੋ ਅਤੇ ਰੇਟ ਵੀ ਇੰਨਾ ਜੈਨੂਅਨ ਰੱਖ ਰਹੇ ਹੋ, ਅਤੇ ਤੁਹਾਨੂੰ ਬਾਰਾ ਕਿਵੇਂ ਖਾ ਰਿਹਾ ਜੀ? 5 ਕਿਲੋ ਥੈਲੀ ਆਉਂਦੀ ਹੈ ਜੀ, 120 ਰੁਪਏ ਕਿਲੋ ਲਾਉਂਦੇ ਆ। ਅੱਛਾ ਜੀ, 120 ਰੁਪਏ ਕਿਲੋ, ਕਿਲੋ ਦਾਣਾ, ਹਾਂਜੀ, ਉਹ ਵੀ ਵਰਤਦੇ ਪਏ ਆ, ਸਾਫ਼ ਸੁਥਰਾ, ਸਾਫ਼ ਸੁਥਰਾ, ਇਹ ਨਹੀਂ ਵੀ ਗਲਿਆ, ਨਹੀਂ ਨਹੀਂ ਉਹ ਚੀਜ਼ ਨਹੀਂ ਕੰਮ ਕੀ ਹੋ ਹੈ, ਮਟਰ ਵੀ ਸ਼ਾਨਦਾਰ ਮਟਰ ਹੈ, ਇੱਕ ਨੰਬਰ ਦਾਣਾ ਜੀ, ਹੈ ਨਾ, ਤਾਜ਼ਾ ਮਾਲ ਹੁੰਦਾ ਜੀ। ਸਰ ਵਾਰਾ ਕਿਵੇਂ ਖਾ ਰਿਹਾ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਸਰ ਜੀ, ਦੇਖੋ ਵਾਰਾ ਹੁਣ ਮਹਿੰਗਾ ਸੌਦਾ ਲੈਣਾ ਪੈਣਾ ਵਾ, ਮਾਰਕੀਟ ਬਣੀ ਆ, ਜੇ ਹੁਣ ਮਹਿੰਗਾ ਲਵਾਂਗੇ ਫਿਰ ਸਸਤਾ ਕਿਤੇ ਵੇਚਾਂਗੇ, ਮਹਿੰਗੇ ਭਾਅ 'ਚ ਇਹ ਮੈਨੇਜ ਕਰਨਾ ਪੈਂਦਾ ਜੀ, ਮੰਨ ਕੇ। ਹਾਂਜੀ ਸਰ, ਫਿਰ ਵੀ ਪਾਉਣਾ ਪਊਗਾ ਜੀ, ਮਟਰ ਤਾਂ ਪਾਉਣਾ ਹੀ ਪੈਣਾ ਜੀ, ਮਟਰ ਨਾਲ ਹੀ ਇਹਦੀ ਗੱਲਬਾਤ ਬਣਦੀ ਹੈ, ਸਵਾਦ ਬਣੀ ਹੈ ਉਹ ਚੀਜ਼, ਸਵਾਦ ਦੀ ਪਾਉਣੀ ਪੈਣੀ ਭਾਈ। ਜਿੱਦਾਂ ਵੀ ਸਾਨੂੰ ਦੱਸੋ, ਜਿੱਦਾਂ ਸਮੋਸੇ ਫਰਾਈ ਕੀਤੇ ਜਾਂਦੇ ਹੈ ਨਾ ਜੀ, ਅਤੇ ਕਈਆਂ ਦਾ ਤੇਲ ਐਨ ਨੁੱਚੜਦਾ ਹੁੰਦਾ ਵੀ ਜਿਵੇਂ ਨਵਾ ਕੇ ਆਇਆ ਉਹਦੇ ਵਿੱਚ, ਹਾਂਜੀ, ਆਪਣੇ ਤਾਂ ਨਹੀਂ ਦਿੰਦਾ ਕੁਛ ਹੈਗਾ ਜੀ? ਨਹੀਂ ਸਾਰੀ ਸਮੋਸੇ ਪਏ ਆ, ਤੁਸੀਂ ਸਮੋਸਾ ਵਰਗ ਨਿਚੋੜ ਕੇ ਦੇਖ ਲਓ, ਇੱਕ ਬੂੰਦ ਤੇਲ ਦੀ ਨਹੀਂ ਹੋਊਗੀ, ਇੱਕ ਬੂੰਦ ਤੇਲ ਦੀ ਨਹੀਂ ਹੋਊਗੀ, ਦਾਅਵਾ ਕਰਦੇ ਹੋ ਸਰ ਤੁਸੀਂ? ਮੈਂ ਤਾਂ ਚੈੱਕ ਕਰ ਰਿਹਾ ਸਰ, ਕਿਆ ਬਾਤ ਹੈ, ਮੀਨਸ ਤੁਸੀਂ ਕਹਿੰਦੇ ਹੋ ਵੀ ਕਿ ਇੱਕ ਵੀ ਬੂੰਦ ਤੇਲ ਦੀ ਨਹੀਂ, ਕਿ ਤੁਸੀਂ ਆਲੂ ਵੀ ਜਿਹੜੇ ਸ਼ੂਗਰ ਫਰੀ ਵਰਤ ਰਹੇ ਹੋ ਕਿ ਉਹ ਵੀ ਸਿਹਤ ਵਾਸਤੇ ਮਾੜੇ ਨਹੀਂ, ਹਾਂਜੀ, ਤੇਲ ਵੀ ਨਹੀਂ ਹੋਊਗਾ ਇਹਦੇ ਵਿੱਚ, ਬਿਲਕੁਲ ਸਾਫ਼ ਜੀ, ਹਮੇ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਜੀ, ਪੂਰਾ ਪੂਰਾ ਧਿਆਨ ਹੈ ਜੀ। ਹਾਂ ਸਰ, ਤਾਂ ਲਓ ਜੀ ਆਪਣੀ ਨੂੰ ਪਲੇਟ ਲੱਗ ਕੇ ਤਿਆਰ ਹੋ ਚੁੱਕੀ ਹੈ, ਜਿਹਦੇ ਵਿੱਚ ਕਿ ਆਪਣੇ ਕੋਲ ਆਲੂ ਵਾਲੇ ਸਮੋਸੇ ਵੀ ਹੈਗੇ ਨੇ ਅਤੇ ਪਨੀਰ ਵਾਲੇ ਸਮੋਸੇ ਵੀ ਹੈਗੇ ਨੇ। ਹੁਣ ਆਪਾਂ ਇਹਨੂੰ ਆਪ ਟੇਸਟ ਕਰਾਂਗੇ, ਨਾਲੇ ਦੇਖਦੇ ਹਾਂ ਵੀ ਕਿ ਇਹੋ ਜਿਹੀ ਕੀ ਗੱਲਬਾਤ ਹੈਗੀ ਹੈ ਜਿਹੜੇ ਕਿ ਲੋਕ ਇੰਨੀ ਦੂਰੋਂ ਦੂਰੋਂ ਇਹਨਾਂ ਕੋਲ ਆ ਰਹੇ ਨੇ। ਤੁਸੀਂ ਸਾਈਜ਼ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਪਿਆਰਾ ਜਿਹਾ ਸਾਈਜ਼ ਹੈ, ਛੋਟਾ ਜਿਹਾ ਵੀ ਕੋਈ ਵੀ ਖਾ ਸਕਦਾ ਇਹਨੂੰ, ਭਾਵੇਂ ਤੁਸੀਂ ਡਾਈਟ 'ਤੇ ਹੋ ਤਾਂ ਵੀ ਟੇਸਟ ਕਰ ਸਕਦੇ ਹੋ, ਇਹ ਨਹੀਂ ਵੀ ਤੁਹਾਡੀ ਜਿਹੜੀ ਡਾਇਟ ਖਰਾਬ ਹੋ ਜਾਏਗੀ ਇਹਦੇ ਨਾਲ। ਕਿਆ ਬਾਤ ਹੈ ਜੀ, ਤੁਸੀਂ ਦੇਖ ਸਕਦੇ ਹੋ ਪਨੀਰ ਵਾਲਾ ਸਮੋਸਾ, ਪਨੀਰ ਦੇ ਨਾਲ ਮਟਰ ਵੀ ਆ, ਜਿੱਥੇ ਕਿ ਸਾਉਣ ਦੇ ਮਹੀਨੇ ਜਬ ਕਹਿ ਸਕਦੇ ਸਾਉਣ ਦਾ ਮਹੀਨਾ ਆਉਣ ਵਾਲਾ ਅਤੇ ਮਟਰ ਮਹਿੰਗੇ ਹੁੰਦੇ ਜਾ ਰਹੇ ਨੇ,
ਬਟ ਇੱਥੇ ਨਹੀਂ ਮਟਰ ਮੁੱਕਦੇ। ਆਓ ਆਪਣਾ ਟੇਸਟ ਕਰਦੇ ਹਾਂ, ਚਟਨੀ ਆਪਾਂ ਲਾ ਲਈਏ ਨਾਲ ਦੇ, ਅਤੇ ਹੁਣ ਲੈਟਸ ਹੈਵ ਅ ਬਾਈਟ। ਕਿਆ ਗੱਲਬਾਤ ਹੈ, ਕਿਆ ਇਹਦਾ ਕ੍ਰਿਸਪ ਹੈ, ਪਨੀਰ ਇੰਨਾ ਸ਼ਾਨਦਾਰ ਇਹਦੇ ਅੰਦਰ ਕਿ ਮੂੰਹ 'ਚ ਪਾਉਂਦਿਆਂ ਪਤਾ ਹੀ ਨਹੀਂ ਲੱਗ ਰਿਹਾ ਵੀ ਆਪਾਂ ਪਨੀਰ ਵਾਲੇ ਸਮੋਸੇ ਖਾ ਰਹੇ ਹਾਂ ਕਿ ਰੂੰਹ ਵਾਲੇ ਸਮੋਸੇ ਖਾ ਰਹੇ ਹਾਂ। ਅਤੇ ਜਿੱਦਾਂ ਦੀ ਇਹਨਾਂ ਦਾ ਦਾਅਵਾ ਵੀ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਜਿਹੜਾ ਕਿ ਤੁਹਾਨੂੰ ਤੇਲ ਲੱਭਿਆ ਨਹੀਂ ਲੱਭਣਾ, ਭਾਵੇਂ ਉਹਨੂੰ ਨਿਚੋੜ ਕੇ ਦੇਖ ਲਿਓ, ਭਾਵੇਂ ਜੋ ਮਰਜ਼ੀ ਕਰ। ਹੁਣ ਆਪਾਂ ਆਲੂ ਵਾਲਾ ਵੀ ਟਰਾਈ ਕਰਾਂਗੇ, ਤੁਸੀਂ ਇਹਦੀ ਵੀ ਫੀਲਿੰਗ ਦੇਖ ਸਕਦੇ ਹੋ, ਫੀਲਿੰਗ ਦੀ ਕੋਈ ਕਮੀ ਨਹੀਂ। ਆਹ ਕਿਆ ਭਾਫਾਂ ਛੱਡ ਰਿਹਾ, ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਅਸਲ ਦੇ ਵਿੱਚ ਕਿੰਨਾ ਜ਼ਿਆਦਾ ਗਰਮ ਹੈ ਇਹ, ਬਟ ਜੋ ਵੀ ਹੈ ਜ਼ਬਰਦਸਤ ਚੀਜ਼ ਹੈ ਜੀ। ਤੁਹਾਨੂੰ ਵੀ ਅਸੀਂ ਕਹਾਂਗੇ ਵੀ ਜ਼ਰੂਰ ਆਓ ਇੱਥੇ, ਲੈਟਸ ਹੈਵ ਅ ਬਾਈਟ ਆਫ ਆਲੂ ਸਮੋਸਾ। ਇਹਦੇ ਪਨੀਰ ਵਾਲੇ ਨੂੰ ਵੀ ਜ਼ਿਆਦਾ ਸ਼ਾਨਦਾਰ ਹੈ, ਪਨੀਰ ਵਾਲੇ ਦੀ ਆਪਣੀ ਜਗ੍ਹਾ, ਇਹਦੀ ਆਪਣੀ ਜਗ੍ਹਾ, ਪਰ ਗੱਲਬਾਤ ਦੋਵਾਂ ਦੀ ਐਂਡ ਹੈ। ਤੈਨੂੰ ਜਿਹੜੇ ਸਮੋਸਿਆਂ ਨੂੰ ਚਾਰ ਚੰਦ ਲਾ ਰਹੀ ਹੈ ਇਹਦੀ ਚਟਨੀ, ਜਿਹੜੀ ਕਿ ਇਹਨਾਂ ਦੇ ਉਹ ਆਪ ਤਿਆਰ ਕੀਤੀ ਗਈ ਹੈ ਮੂਲੀਆਂ ਵਾਲੀ ਚਟਨੀ। ਤੁਹਾਨੂੰ ਮੈਂ ਚਲਾ ਕੇ ਦਿਖਾ ਰਿਹਾ ਇੱਕ ਵਾਰੀ, ਆਹ ਦੇਖ ਸਕਦੇ ਹੋ ਮੂਲੀਆਂ ਸਬੂਤ ਨੇ ਵੀ ਅਸਲ 'ਚ ਮੂਲੀਆਂ ਪਾਈਆਂ ਗਈਆਂ ਇਹਦੇ ਵਿੱਚ, ਅਤੇ ਇੰਨੀ ਸਵਾਦ ਚਟਨੀ ਆ। ਤੁਸੀਂ ਤੁਹਾਨੂੰ ਵੀ ਕਹਾਂਗੇ ਜ਼ਰੂਰ ਆਓ ਜਦੋਂ ਵੀ ਤੁਹਾਡਾ ਫਲੋਰ ਗੇੜਾ ਵੱਜ ਰਿਹਾ, ਅਤੇ ਇਹਨਾਂ ਦੀ ਦੁਕਾਨ 'ਤੇ ਜ਼ਰੂਰ ਆਓ, ਸਮੋਸੇ ਖਾਓ, ਅਤੇ ਬਿਰਲਾ ਜੀ ਦੇ ਸਪੈਸ਼ਲ ਸਮੋਸੇ, ਅਤੇ ਸਾਡੇ ਨਾਲ ਜੁੜੇ ਰਹੋ ਦ ਸਿਟੀ ਹੈਡਲਾਈਨਸ। ਥੈਂਕ ਯੂ।